ਮਾਨੂੰ ਸੁੱਤੀ ਹੀ ਕਵਲ ਨੇ 1 2 3 ਕੀਤਾ ਸੀਨ ਬਣਾਉਣ ਵਾਸਤੇ ਤੇ ਬਾਹਰ ਉੱਠ ਕੇ ਬਹਿ ਗਈ ਮਾਨੂੰ ਲੱਗਾ ਮੇਰੀ ਵਾਰੀ ਆ ਗਈ ਉਹਨੂੰ ਲੱਗਾ ਮੇਰੀ ਵਾਰੀ ਆ ਗਈ ਵਾਹ ਉਹਨਾਂ ਨੇ ਵੀਡੀਓ ਬਣਾਉਣੀ 2 3 ਅਜੇ ਮੇਰੇ ਪ੍ਰੀਤੀ ਦੇ ਬੜੇ ਤਰਮਾਰ ਸੀਨ ਲੈਣੇ ਆ ਚਲੋ ਚਲੋ ਕਰ ਕਰਦੇ ਤੇ ਕੱਲੇ ਦੇ ਕਿਉਂ ਮੇਰੇ ਪ੍ਰੀਤੀ ਦੇ ਆਣਾ ਹਾਂਜੀ ਫੇਰ 1 2 3 रेडी 1 2 3 ਸੱਪ ਲੱਗਣ ਢੀ ਉਹ ਸਾਰੇ ਸੀਨ ਦੇ ਵਿੱਚ ਆਏ ਕਰਦੀ ਰਹੀ ਆ ਕਮਲ ਇਹਦੇ ਵਿੱਚ ਸੱਪ ਲੱਗਣ ਢੀ ਆ ਜੁੰਡੀਆਂ ਆਵੇ ਨੱਕ ਨੂੰ ਪੈ ਕੇ ਪੁੰਜ ਲਾ ਰਹੀ ਇਹਨੇ ਆਪਣੀ ਆਵੇ ਨਾ ਨੱਕ ਨੂੰ ਵਾਂਗੂ ਇਦਾਂ ਕੀਤਾ ਪਤਾ ਨੂੰ ਹੋਈ ਆ ਆ ਜਾ ਆ ਜਾ ਬੋਲ ਆਵੇ ਆਵੇ 1 2 3 ਉਸੇ ਬਾ ਮੋੜਦਾ ਮੈਨੂੰ ਉਹ ਹੀ ਰੱਖਿਆ ਜੇ ਚਲ ਆ ਜਾ बहुत लम्मा सीन हो गया इतो स्टार्ट करो ना तेरे सोहरे थोड़ी आया कोई मैं कहता कि फिर मम्मी ने सीधी साबता वाली मार दी गल इथो तुम गल करो ना कि चोरी बोली जाते चोरी बोलना मगरों तो करती रेडी सारा शुरू तो सारा शुरू पहला डिलीट करता फिर सास ना रह गई आज चल रेडी 1 2 3 है वे तेरे मगरों के मगरों के दिया है मगरों के दे नहीं नहीं पहले यहां से बैठे मैंने गाली बुलाती कला कला करके कर लिया डायलॉग कला कला इधर उधर इधर उधर कला कला करके भी नहीं होना मेरे साथ हां तो मेरा पन्ना खराब कर तौल के ले आओ आप अपने ਪਰਨੇ ਚੰਗ ਪਾੜਨਾ ਵੱਡੀ ਪਤਾ ਨਹੀਂ ਕਿਦਾਂ ਦਾ ਉਹ ਤਾਂ ਬਸ ਹੁਣੇ ਹੋਈ ਸ਼ੁਰੂ ਹੋਈ ਚੱਲ ਰੈਡੀ ਮੰਮੀ ਤੇ ਫੇਰ ਅਸੀਂ ਜਾਂਦੇ ਨਹੀਂ ਮੈਂ ਪ੍ਰੀਤੀ ਨੂੰ ਕਿਹਾ ਸੀ ਯਾਰ ਵਾਲਾ ਸੀਨ ਨਾ ਪਾਈਏ ਕਿਹੜਾ ਇਹੋ ਜੀ ਤੇਰੇ ਮਾ ਆਇਆ ਨਹੀਂ ਕੋਈ ਉਦੋਂ ਦਾ ਹਾਂ ਨਹੀਂ ਇਹ ਪਾਉਣਾ ਪੈਣਾ ਨਾ ਵੀ ਮਗਰੋਂ ਤਾਂ ਤੇਰਾ ਮੇਲਾ ਲੱਗਾ ਰਹਿੰਦਾ ਹੈ ਤਾਂ ਹੁਣ ਤੇਰੇ ਸਾਹਮਣੇ ਕਿਉਂ ਆਉਂਦਾ ਤੂੰ ਅਮਾ ਮੇਲੇ ਕਿਉਂ ਨਹੀਂ ਆਇਆ मतलब जिन्हों जी करता पैसे दे दी
ਦਿੰਦੀ ਰਹੀ ਆ ਵਰਤਾਉਂਦੀ ਰਹੀ ਆ ਹੈ ਬਾਅਦ ਚ ਆ ਗੱਲ ਕਰਿਓਗੇ ਕੁੰਡੀ ਹਿਸਾਬ ਵੀ ਲੈ ਲਿਆ ਕਰ ਨਹੀਂ ਨਹੀਂ ਤੇਰੇ ਮਗਰੋਂ ਤੇ ਕੱਪੇ ਮਿਲਦੇ ਹੋਣੇ ਤੇਰੇ ਹੁੰਦੇ ਕਿੱਥੋਂ ਮਿਲਨੇ ਆ ਗੱਲ ਤੇ ਇਦਾਂ ਹੀ ਮਗਰੋਂ ਦਿੰਦੀਆਂ ਵਾ ਨਾ ਜਿਹੜੀਆਂ ਘਰ ਦਾ ਜੜਾ ਕਰਦੀ ਆ ਫੜੋ ਜਰਾ ਕੇ ਇਹਨੂੰ ਆਹੋ ਚਲੋ ਚਲ ਮੈਂ ਆਪਣੇ ਘਰ ਨੂੰ ਪ੍ਰੀਤੀ ਔਰ ਕੁੜੀ ਨੂੰ ਤੰਗ ਨਾ ਕਰ ਰੈਡੀ 1 2 3 ਐਵੇਂ ਜਦੋਂ ਦਾ ਤੂੰ ਆਇਆ ਹਾਂ ਤੇ ਸਹੁਰੇ ਤਾਂ ਨਹੀਂ ਹੋਇਆ ਮੰਮੀ ਕੀ ਪਤਾ ਕਿਉਂ ਨਹੀਂ ਆਇਆ ਆਪੇ ਆ ਜਾਣਗੇ ਜਦੋਂ ਆਉਣਾ ਹੋਊਗਾ ਉਹਨਾਂ ਦੀ ਮਰਜ਼ੀ ਆਉਂਦੇ ਹਨ ਤੇ ਜੋ ਮਰਜ਼ੀ ਦੇ ਦੇ ਹਾਂਜੀ ਮੰਮੀ ਆਹੋ ਹੁਣ ਕਾਤੋਂ ਆਉਣਾ ਹਾਂ ਜਿਹੜੇ ਕੱਪੜੇ ਉਹਨਾਂ ਨੂੰ ਤੇਰੇ ਤੋਂ ਮਗਰੋਂ ਮਿਲਦੇ ਤੇਰੇ ਹੁੰਦੇ ਥੋੜਾ ਮਿਲਣੇ ਬਸ ਇੰਨਾ ਸੀਨ ਜੇ ਰੈਡੀ 1 2 3 ਆਹੋ ਹੁਣ ਕਾਤੋਂ ਆਉਣਾ ਜੋ ਤੇਰੇ ਤੇਰੇ ਕੋ ਬੱਚੇ ਚੱਲ ਜੋ ਤੇਰੇ ਤੇਰੇ ਸਾਹਮਣੇ जो गफे तेरे तो मुगल मिलते ਜਿਹੜੇ ਗਫਰੇ ਤੇਰੇ ਤੋਂ ਮੰਗਦਾ ਮੈਂ ਬੜੀ ਸਿਆਣੀ ਧੀ ਬਣ ਗਈ ਹੁੰਦੀ ਆਪਣੇ ਧੋਤੇ ਉੱਡ ਗਏ ਆਹੋ ਪੁੱਤ ਹੁਣ ਦਾ ਤੋਂ ਆਉਣਾ ਵਾ ਜੀ ਕਾ ਕਾ ਤੋਂ ਹੋਣਾ ਵਾਲਾ ਹੁਣ ਬਣਾ ਲੈਣ ਕੱਲਾ ਤੋਂ ਵਿੱਚ ਜੋੜ ਦੇ ਕੁਝ ਵੀ ਯਾਰ ਬਣਾ ਕੇ ਵਾਲੇ ਕੁਝ ਵੀ ਹੁਣ ਕਹਿ ਦੋ ਹੁਣ ਕਹਿ ਆਹੋ ਪੁੱਤ ਕੁਝ ਵੀ ਸੰਭਵ ਹੈ ਕਾ ਤੋਂ ਹੋਣਾ ਹੁਣ ਕਾ ਤੋਂ ਆਉਣਾ ਹਾਂ ਆ ਤੋ ਗਫਰੇ ਮਤਲਬ ਕੀ ਇੱਕ ਅੰਦਰੋਂ ਜਿੱਦਾਂ ਕਹਿੰਦੇ ਆ ਜਿੱਦਾਂ ਗੱਲ ਕਰਦੇ ਆ ਵਾਸਤੇ ਜਿਹੜੇ ਗੱਪੇ ਤੇ ਆਹੋ ਪੁੱਤ ਹੁਣ ਕਾਤੋਂ ਆਉਣਾ ਬੜਾ ਸੋਹਣਾ ਬੋਲਣ ਦੀ ਮੰਮੀ ਕੋ ਗੱਲ ਠੀਕ ਰੈਡੀ 1 2 3 ਆਹੋ ਪੁੱਤ ਹੁਣ ਕਾਤੋਂ ਆਉਣਾ ਉਹਨਾਂ ਨੇ ਤੇ ਤੂੰ ਮਗਰੋਂ ਜਿਹੜੇ ਗੱਫੇ ਮਿਲਦੇ ਹੀ ਹੁਣ ਪਹਿਲਾਂ ਤੇਰੇ ਮਗਰੋਂ ਜਿਹੜੇ ਗੱਫੇ ਮਿਲਦੇ ਕੀ ਕਹਿੰਦੀ ਆ ਚੁੱਕਣਾ ਦਿੱਤੀ ਮੈਨੂੰ ਮੇਰੇ ਇਹ ਕੀ ਸੀ
अपने वारी हादसा ते मेरे वारी गुस्सा हुण रील फस गई फस गई चल ओके डैडी चल।